ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਆਲੂਆਂ ਦੀ ਵੱਖਰੇ ਤਰੀਕੇ ਦੇ ਨਾਲ ਟਿੱਕੀ ਬਣਾਵਾਂਗੇ। ਟਿੱਕੀਆਂ ਤੁਸੀਂ ਬਹੁਤ ਤਰੀਕੇ ਨਾਲ ਖਾਧੀਆਂ ਹੋਣਗੀਆਂ, ਪਰ ਇਸ ਤਰੀਕੇ ਜਿਹੜੀ ਆਲੂ ਦੀ ਟਿੱਕੀ ਤੁਸੀਂ ਕਦੇ ਵੀ ਨਹੀਂ ਖਾਧੀ ਹੋਣੀਗੀ, ਤਾਂ ਵੀਡੀਓ ਨੂੰ ਸਾਰਿਆਂ ਤੱਕ ਸ਼ੇਅਰ ਕਰ ਅਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਿਓ। ਅੱਜ ਕੱਲ੍ਹ ਜਿਹੜੇ ਦਿਨ ਨੇਗੇ ਉਹ ਬਹੁਤ ਹੀ ਵੱਡੇ ਹੋ ਗਏ ਨੇਗੇ, ਆਪਾਂ ਨੂੰ ਜਿਹੜੀ ਦੁਪਹਿਰੇ ਹੈਗੀ ਭੁੱਖ ਲੱਗਦੀ ਹੈ, ਤਾਂ ਆਪਾਂ ਜਦੋਂ ਵੀ ਜੀ ਕੀਤਾ ਇਹ ਜਿਹੜੀ ਟਿੱਕੀ ਹੈਗੀ ਬਣਾ ਕੇ ਖਾ ਸਕਦੇ। ਇਹਦੇ ਵਿੱਚ ਨਾ ਹੀ ਆਪਾਂ ਨੂੰ ਸੂਜੀ ਦੀ ਲੋੜ ਪੈਣੀ ਆ ਅਤੇ ਨਾ ਹੀ ਆਪਾਂ ਨੂੰ ਬੇਸਣ ਦੀ ਲੋੜ ਪੈਣੀ ਆ। ਸਭ ਤੋਂ ਪਹਿਲਾਂ ਆਪਾਂ ਜਿਹੜੇ 4 ਆਲੂ ਲਿੱਤੇ ਸੀਗੇ ਉਹਨਾਂ ਨੂੰ ਉਬਾਲ ਲਿਆ ਗਾ। ਉਬਾਲਣ ਤੋਂ ਬਾਅਦ ਇਹਨਾਂ ਨੂੰ ਆਪਾਂ ਛਿੱਲ ਲਾਂਗੇ। ਆਲੂਆਂ ਨੂੰ ਆਪਾਂ ਜਿਹੜਾ ਚੰਗੀ ਤਰ੍ਹਾਂ ਛਿੱਲ ਲਿਆ ਗਾ। ਹੁਣ ਆਪਾਂ ਇਹਨਾਂ ਨੂੰ ਹੱਥਾਂ ਦੇ ਵਿਚਕਾਰ ਰੱਖ ਕੇ ਆਪਣੀ ਹਥੇਲੀ ਦੇ ਨਾਲ ਪੋਲਾ ਪੋਲਾ ਦਾਬ ਦੇ ਕੇ ਜਿਹੜਾ ਇਹਨੂੰ ਆਪਾਂ ਟਿੱਕੀ ਦਾ ਆਕਾਰ ਦੇਵਾਂਗੇ। ਐਵੇਂ ਜਿਹੜੇ ਆਪਾਂ ਸਾਰੇ ਆਲੂ ਨੇਗੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਟਿੱਕੀ ਦਾ ਆਕਾਰ ਦੇ ਕੇ ਰੱਖ ਲਾਂਗੇ। ਜਿਹੜੇ ਆਪਾਂ ਆਲੂ ਰਹਿਤੇ ਸੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਐਵੇਂ ਕਰਕੇ ਜਿਹੜਾ ਰੱਖ ਲਿਆ। ਅੱਧਾ ਚਮਚਾ ਆਪਾਂ ਨਮਕ ਦਾ ਪਾਤਾ, ਅੱਧਾ ਚਮਚੀ ਆਪਾਂ ਮਿਰਚਾਂ ਦਾ ਪਾਤਾ, ਅੱਧਾ ਚਮਚਾ ਆਪਾਂ ਗਰਮ ਮਸਾਲੇ ਦਾ ਪਾ ਦਾਂਗੇ, ਅੱਧਾ ਚਮਚਾ ਆਪਾਂ ਹਲਦੀ ਦਾ ਪਾ ਦਾਂਗੇ। ਹੁਣ ਇਹਦੇ ਵਿੱਚ ਜਿਹੜਾ ਮੈਂ ਧਨੀਆ ਅਤੇ ਮਿਰਚ ਸੀਗੀ ਉਹ ਗ੍ਰੈਂਡ ਕੀਤੀ ਹੈਗੀ, ਅੱਧਾ ਚਮਚਾ ਆਪਾਂ ਇਹਦਾ ਪਾ ਦਾਂਗੇ। 1 ਤੋਂ 1.5 ਚਮਚਾ ਆਪਾਂ ਸੌਸ ਦਾ ਪਾ ਦਾਂਗੇ। ਇਹਨੂੰ ਆਪਾਂ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਲਾਂਗੇ। ਹੁਣ ਇਹਦੇ ਵਿੱਚ ਆਪਾਂ ਥੋੜ੍ਹਾ ਥੋੜ੍ਹਾ ਪਾਣੀ ਪਾਵਾਂਗੇ, ਥੋੜ੍ਹਾ ਥੋੜ੍ਹਾ ਕਰਕੇ ਜਿਹੜਾ ਪਾਣੀ ਪਾ ਦਾਂਗੇ। ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ 2 ਚਮਚੇ ਜਿਹੜਾ ਇਹਦਾ ਕੋਰਨ ਸਟਾਰਚ ਦੇ ਲੈ ਲਏ, ਇਹਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ। ਇਹਦੇ ਵਿੱਚ ਆਪਾਂ ਜਿਹੜਾ ਥੋੜ੍ਹਾ ਜਿਹਾ ਪਾਣੀ ਐਡ ਕਰ ਦਾਂਗੇ। ਐਵੇਂ ਦਾ ਘੋਲ ਜਿਹੜਾ ਬਣਾ ਕੇ ਤਿਆਰ ਕਰ ਲਓ, ਜਿਹਦੇ ਵਿੱਚ ਆਪਣੇ ਜਿਹੜੇ ਆਲੂ ਨੇਗੇ ਉਹ ਡਿਪ ਹੋ ਜਾਣ ਚੰਗੀ ਤਰ੍ਹਾਂ। ਆਪਾਂ ਜਿਹੜੇ ਇਹਨਾਂ ਨੂੰ ਐਵੇਂ ਆਲੂਆਂ ਨੂੰ ਆਕਾਰ ਦਿੱਤਾ ਸੀ ਟਿੱਕੀ ਦਾ, ਹੁਣ ਇਹਨੂੰ ਆਪਾਂ ਜਿਹੜਾ ਘੋਲ ਬਣਾਇਆ ਸੀ ਇਹਦੇ ਵਿੱਚ ਐਵੇਂ ਜਿਹੜੀ ਇਹਦੀ ਪਰਤ ਹੈਗੀ ਇਹਦੇ ਉੱਪਰ ਚੜ ਜੂਗੀ, ਤਾਂ ਜਿਹੜੇ ਆਪਾਂ ਬ੍ਰੈਡ ਕਰਾਮ ਆ ਉਹਦੇ ਉੱਤੇ ਹੁਣ ਇਹਨੂੰ ਬ੍ਰੈਡ ਕਰਾਮ ਲਾ ਦਾਂਗੇ। ਐਵੇਂ ਕਰਨ ਤੋਂ ਬਾਅਦ ਬ੍ਰੈਡ ਕਰਾਮ ਲਾਉਣ ਤੋਂ ਬਾਅਦ ਇਹਨੂੰ ਆਪਾਂ ਤੇਲ ਦੇ ਵਿੱਚ ਛੱਡ ਦਾਂਗੇ, ਅਤੇ ਜਿੰਨਾ ਚਿਰ ਇਹ ਹਲਕਾ ਭੂਰਾ ਨਹੀਂ ਹੁੰਦਾ ਗਾ ਉਹਨੂੰ ਆਪਾਂ ਭੁੰਨੀ ਜਾਵਾਂਗੇ ਤੇਲ ਦੇ ਵਿੱਚ। ਹੁਣ ਜਿਹੜਾ ਇਹ ਹਲਕਾ ਬਰਾਊਨ ਹੋ ਗਿਆ ਤਾਂ ਇਹਨੂੰ ਆਪਾਂ ਕੜਾਹੀ ਦੇ ਵਿੱਚੋਂ ਬਾਹਰ ਕੱਢ ਦਾਂਗੇ।